ਅਸੀਂ ਕਰਨ ਜਾ ਰਹੇ ਹਾਂ ਜੀ ਇੱਕ ਚੁੱਲ੍ਹਾ, ਠੀਕ ਇਲੈਕਟ੍ਰੋਨਿਕ ਚੁੱਲ੍ਹਾ ਕਹਿੰਦੇ ਆ ਇਹਨੂੰ, ਜੋ ਕਿ ਖਾਣਾ ਬਣਾਉਣ, ਸਬਜ਼ੀ ਵਗੈਰਾ ਬਣਾਉਣ ਦੇ ਕੰਮ ਆਉਂਦਾ, ਜੋ ਕਿ ਸੂਰੀਆ ਕੰਪਨੀ ਦਾ ਹੈ। ਇਹ ਸ਼ੋਰਟ ਸੀ ਵੀਰ ਜੀ, ਇਹਦੇ 'ਚ ਫਾਲਟ ਸੀਗਾ, ਇਹਦੀ ਬਿਲਕੁਲ ਨੰਬਰਿੰਗ ਨਹੀਂ ਆਉਂਦੀ ਸੀ, ਪਹਿਲਾਂ ਲਾ ਕੇ ਵੇਖੀ ਸੀ ਆਪਾਂ ਨੇ। ਇਹਦਾ IGBT ਸੀਗਾ ਜੀ 15N120, ਜਿਹਦਾ ਕਿ ਨੰਬਰ ਤੁਸੀਂ ਦੇਖ ਸਕਦੇ ਹੋ ਸਕਰੀਨ 'ਤੇ, 15N120, ਜੋ ਕਿ ਸ਼ੋਰਟ ਹੋ ਚੁੱਕਿਆ। ਇਹਦੇ ਬਦਲੇ ਆਪਾਂ ਨੇ ਹੁਣ ਇਹ ਨਵਾਂ ਪਾ ਤਿਆ ਹੈ ਜੀ, ਆਹ ਦੇਖੋ ਜੀ, ਇਹ ਸੋਲਡਿੰਗ ਵਗੈਰਾ ਕਰਤੀ ਹੈ ਜੀ। ਬਾਕੀ ਇਹਦੇ ਕਪੈਸਟਰ ਵਗੈਰਾ ਠੀਕ ਨੇ ਜੀ, ਬਾਕੀ ਤੁਹਾਨੂੰ ਚਲਾਉਣ ਤੋਂ ਬਾਅਦ ਵੇਖਦੇ ਹਾਂ ਜੀ ਇਹ ਕੀ ਦਿੰਦਾ ਹੈ ਜੀ, ਕੀ ਰਿਜ਼ਲਟ ਨਿਕਲਦਾ ਇਹਦਾ, ਚਲਾ ਕੇ ਦੇਖਦੇ ਹਾਂ ਵੀਰ ਜੀ। ਨੇੜੇ ਨਹੀਂ ਜੀ, ਆਹ ਦੇਖੋ ਜੀ IGBT ਪਾਉਣ ਤੋਂ ਬਾਅਦ ਇਹਦੇ ਵਿੱਚ ਲਾਈਟਿੰਗ ਆ ਚੁੱਕੀ ਹੈ। ਉਸ ਤੋਂ ਬਾਅਦ ਤੁਹਾਨੂੰ ਫੁੱਲ ਪੈਕਿੰਗ ਕਰਕੇ, ਪੂਰਾ ਪੈਕ ਕਰਕੇ ਫਿਰ ਚੈੱਕ ਕਰਾਉਣਾ ਜੀ। ਆਹ ਦੇਖੋ ਜੀ, ਹੁਣ ਔਨ ਕਰਕੇ ਦਿਖਾ ਰਹੇ ਹਾਂ ਤੁਹਾਨੂੰ। ਇਹਨੂੰ ਆਪਾਂ ਘੱਟ ਵੱਧ ਜਿੰਨਾ ਮਰਜ਼ੀ ਕਰ ਸਕਦੇ ਹਾਂ ਆਪਣੇ ਹਿਸਾਬ ਦੇ ਨਾਲ। ਇਹ ਔਨ ਹੋ ਗਿਆ ਜੀ। ਇੱਕ ਗੱਲ ਹੋਰ, ਜਦ ਤੱਕ ਇਹਦੇ ਉੱਪਰ ਭਾਂਡਾ ਨਹੀਂ ਰੱਖਾਂਗੇ ਇਹ ਔਨ ਨਹੀਂ ਹੋਏਗਾ ਜੀ। ਦੇਖੋ ਜੀ, ਹੁਣ ਆਪਾਂ ਔਨ ਕਰਦੇ ਹਾਂ ਅਤੇ ਇਹਦੇ ਵਿੱਚ ਆਪਸ਼ਨ ਆਏਗਾ, ਔਨ ਵਾਲਾ ਨਹੀਂ ਆਊਗਾ, EQ ਆਊਗਾ ਜੀ। ਇਹ ਆਪਸ਼ਨ ਤਾਂ ਆਉਂਦਾ ਹੈ ਜੀ ਇਹਦੇ ਵਿੱਚ ਕੋਈ ਭਾਂਡਾ ਨਾ ਰੱਖਿਆ ਹੋਵੇ, ਅਗਰ ਖਾਲੀ ਚੱਲਦਾ ਹੋਵੇ ਤਾਂ ਫਿਰ EQ ਆਊਗਾ ਜੀ। EQ ਦਾ ਮਤਲਬ ਹੈਗਾ ਐਮਪਟੀ, ਠੀਕ ਹੈ ਜੀ। ਹੁਣ ਇਹਨੂੰ ਆਫ ਕਰਾਂਗੇ ਅਤੇ ਇਹਦੇ ਉੱਪਰ ਕੋਈ ਬਰਤਨ ਰੱਖਾਂਗੇ ਜੀ ਆਪਾਂ, ਅਤੇ ਹੁਣ ਔਨ ਕਰਾਂਗੇ ਤਾਂ ਇਹ ਚੱਲ ਜਾਏਗਾ ਜੀ। ਆਹ ਦੇਖੋ ਜੀ, 1300 'ਤੇ ਚੱਲ ਗਿਆ ਜੀ। ਇਹਨੂੰ ਜਿੰਨੀ ਹੀਟ ਲੋਡ ਹੋਏਗੀ ਆਟੋਮੈਟਿਕ ਉੱਨੀ ਲੈ ਲੈਂਦਾ ਜੀ ਪਹਿਲੀ ਵਾਰੀ ਇਹ। ਉਸ ਤੋਂ ਬਾਅਦ ਆਪਾਂ ਘੱਟ ਵੱਧ ਜਿੰਨਾ ਮਰਜ਼ੀ ਕਰ ਸਕਦੇ ਹਾਂ, 1600 1800। ਆਹ ਦੇਖੋ ਜੀ, ਤੁਹਾਡੇ ਸਾਹਮਣੇ ਪਾਣੀ ਉਬਾਲੇ ਲੱਗ ਗਿਆ ਜੀ ਮਾਰਨ, ਤੁਹਾਨੂੰ ਸ਼ਾਇਦ ਵੀਡੀਓ ਵਿੱਚ ਦਿਖ ਰਿਹਾ ਹੋਵੇਗਾ। ਅਤੇ ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਜੋ ਮੇਰੇ ਵੀਰ ਦੋਸਤ ਹਨ ਉਹ ਮੇਰੀ ਵੀਡੀਓ ਨੂੰ ਵੇਖ ਰਹੇ ਹਨ ਤਾਂ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਮੇਰੀ ਵੀਡੀਓ ਵੇਖਣ ਲਈ ਸਾਰੇ।